ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਤਾਬ ਨਾਨਕ ਰਾਜ ਚਲਾਇਆ ਭਾਗ 2, ਬੇਲਿਓ ਨਿਕਲਦੇ ਸ਼ੇਰ। ਲੇਖਕ ਜਗਦੀਪ ਸਿੰਘ। ਅਧਿਆਏ 11। ਦਏ ਮਰਹੱਟਣ ਦੇਸੋਂ ਕਢਾਏ, ਹੈਨ ਮੁਸਲਮਾਨ ਇਹ ਦੁਖਦਾਏ। ਇੱਧਰ ਪੰਜਾਬ ਵਿੱਚ ਮਰਾਠੇ ਆਪਣੇ ਪੈਰ ਪੱਕੇ ਕਰ ਰਹੇ ਸਨ। ਖਾਲਸਾ ਨਿੱਤ ਚੜ੍ਹਦੇ ਸੂਰਜ ਨਵੇਂ ਇਲਾਕੇ ਮਲ ਰਿਹਾ ਸੀ। ਤੈਮੂਰ ਤੇ ਜਹਾਨ ਖਾਨ ਨੂੰ ਬੇਇੱਜ਼ਤੀ ਭਰੀ ਹਾਰ ਖਾ ਕੇ ਪੰਜਾਬ ਵਿੱਚੋਂ ਭੱਜਣਾ ਪਿਆ ਸੀ ਅਤੇ ਅਬਦਾਲੀ ਦੇ ਭੇਜੇ ਨੂਰਦੀਨ ਨੂੰ ਵੀ ਸਿੰਘਾਂ ਨੇ ਚਨਾਹ ਦੇ ਕੰਢਿਆਂ ਤੋਂ ਹੀ ਪਿੱਛੇ ਮੋੜ ਦਿੱਤਾ ਸੀ। ਇਹ ਸਭ ਕੁਝ ਇਕੱਠਾ ਜਦ ਹੀ ਅਬਦਾਲੀ ਦੇ ਅੰਦਰ ਤਰਥੱਲੀ ਮਚਾਉਂਦਾ ਤਾਂ ਉਹ ਪੰਜਾਬ ਵੱਲ ਦੇਖ ਕੇ ਦੰਦ ਪੀਣ ਲੱਗ ਜਾਂਦਾ ਸੀ। ਅਫਗਾਨਿਸਤਾਨ ਵਿੱਚ ਛੋਟੀਆਂ ਮੋਟੀਆਂ ਬਗਾਵਤਾਂ ਦੀ ਸੰਗੀ ਨੱਪ ਕੇ ਜਦ ਉਹ ਵਿਹਲਾ ਹੋਇਆ ਤਾਂ ਉਸਨੇ 1 ਲੱਖ ਅਫਗਾਨਾਂ ਦੀ ਫੌਜ ਤਿਆਰ ਕੀਤੀ ਅਤੇ ਪੰਜਾਬ ਉੱਤੇ ਚੜ੍ਹਾਈ ਕਰ ਦਿੱਤੀ। ਅਬਦਾਲੀ ਦਾ ਇਹ 5ਵਾਂ ਹੱਲਾ ਸੀ। ਐਤਕੀ ਉਸਦਾ ਜ਼ਿਆਦਾ ਖਿਆਲ ਮਰਾਠਿਆਂ ਨੂੰ ਕੁਚਲ ਦੇਣ ਬਾਰੇ ਸੀ। ਨਜ਼ੀਬ ਦੌਲਾ ਦੇ ਸੁਨੇਹੇ ਵੀ ਉਸ ਤੱਕ ਲਗਾਤਾਰ ਪਹੁੰਚ ਰਹੇ ਸਨ। ਜੇ ਦਿੱਲੀ ਬੈਠੇ ਮਰਾਠਿਆਂ ਨੂੰ ਨਰਮਦਾ ਪਾਰ ਭਜਾ ਦਿੱਤਾ ਜਾਵੇ ਤਾਂ ਹੀ ਅਸੀਂ ਪੰਜਾਬ ਵੱਲ ਧਿਆਨ ਦੇ ਸਕਦੇ ਹਾਂ। ਫੇਰ ਸਿਰਫ ਸਿੱਖ ਰਹਿ ਜਾਣਗੇ ਜਿਨ੍ਹਾਂ ਨਾਲ ਸਾਨੂੰ ਲੋਹਾ ਲੈਣਾ ਪਵੇਗਾ। ਆਪਣੇ ਪ੍ਰਧਾਨ ਮੰਤਰੀ ਸ਼ਾਹ ਵਲੀ ਨਾਲ ਗੱਲ ਕਰਦਿਆਂ ਸ਼ਾਹ ਬੋਲਿਆ। ਜਦ ਉਸਨੇ ਸਿਰਫ ਸਿੱਖ ਕਿਹਾ ਤਾਂ ਸ਼ਾਹ ਵਲੀ ਵੱਲ ਦੇਖ ਕੇ ਕੁਝ ਚਿਰ ਚੁੱਪ ਹੋ ਗਿਆ ਸੀ। ਸ਼ਾਹ ਦੇ ਕਾਬਲੋਂ ਤੁਰਨ ਦੀ ਖਬਰ ਪੰਜਾਬ ਬੈਠੇ ਮਰਾਠਿਆਂ ਨੂੰ ਲੱਗੀ ਤਾਂ ਉਹਨਾਂ ਦਿੱਲੀ ਕੂਚ ਕਰ ਜਾਣ ਵਿੱਚ ਪਲ ਵੀ ਨਾ ਲਾਇਆ। ਸ਼ਾਹ ਅਜੇ ਜਲਾਲਾਬਾਦ ਵੀ ਨਹੀਂ ਟੱਪਿਆ ਸੀ ਜਦ ਨੂੰ ਮਰਾਠੇ ਕਰਨਾਲ ਟੱਪ ਗਏ। ਉਹ ਪੂਨੇ ਤੋਂ ਇੰਨੀ ਵਾਟ 'ਤੇ ਬੈਠੇ ਹੋਏ ਅਬਦਾਲੀ ਨਾਲ ਹਰਗਿਜ਼ ਨਹੀਂ ਟੱਕਰ ਲੈਣਾ ਚਾਹੁੰਦੇ ਸਨ। ਠੰਡ ਸ਼ੁਰੂ ਹੁੰਦਿਆਂ ਹੀ ਸ਼ਾਹ ਨੇ ਅਟਕ ਪਾਰ ਕਰ ਲਿਆ। ਇਹ ਸ਼ਾਹ ਦਾ ਹਿੰਦੁਸਤਾਨ ਵਿੱਚ ਪਸੰਦੀਦਾ ਮੌਸਮ ਸੀ। ਗਰਮੀ ਵਿੱਚ ਉਸ ਨੂੰ ਦੂਰੀ ਮਾਰ ਚੱਲਣੀ ਪੈਂਦੀ ਸੀ, ਇੱਕ ਦੁਸ਼ਮਣ ਦੀ ਅਤੇ ਦੂਜੀ ਮੌਸਮ ਦੀ। ਅਬਦਾਲੀ ਦੇ ਅਟਕ ਪਹੁੰਚਣ ਤੋਂ ਪਹਿਲਾਂ ਹੀ ਜਹਾਨ ਖਾਂ ਨੇ ਅਟਕ ਦੇ ਕਿਲੇ ਤੋਂ ਪੇਸ਼ਵਿਆਂ ਦਾ ਝੰਡਾ ਪੱਟ ਸੁੱਟਿਆ। ਮਰਾਠਿਆਂ ਨੇ ਕਿਤੇ ਵੀ ਅਫਗਾਨਾਂ ਦਾ ਕੋਈ ਟਾਕਰਾ ਨਹੀਂ ਕੀਤਾ। ਟਾਕਰਾ ਕਰਨ ਲਈ ਸਾਹਮਣੇ ਆਉਣਾ ਪੈਣਾ ਸੀ ਅਤੇ ਉਹ ਅਫਗਾਨਾਂ ਮੂਹਰੇ ਆਏ ਹੀ ਨਹੀਂ। ਪਰ ਖਾਲਸਾ ਜੀ ਦੀ ਤਾਂ ਇਹ ਜਨਮ ਭੋਏ ਸੀ, ਉਹਨਾਂ ਇਸ ਨੂੰ ਛੱਡ ਕੇ ਜਾਣਾ ਕਿੱਥੇ ਸੀ। ਦੀਵਾਲੀ ਨੂੰ ਖਾਲਸਾ ਅੰਮ੍ਰਿਤਸਰ ਸਾਹਿਬ ਇਕੱਤਰ ਹੋਇਆ। ਸਭ ਮਿਸਲਾਂ ਦੇ ਮੁਖੀ ਸਰਦਾਰ ਅਕਾਲ ਬੁੰਗੇ ਅਤੇ ਗੁਰਮਤੇ ਲਈ ਬੈਠੇ ਸਨ। ਸਰਦਾਰ ਜੱਸਾ ਸਿੰਘ, ਲਹਿਣਾ ਸਿੰਘ ਭੰਗੀ, ਸਰਦਾਰ ਚੜ੍ਹਤ ਸਿੰਘ, ਜੈ ਸਿੰਘ ਘਨੱਈਆ ਸਭ ਇਸ ਗੱਲ ਲਈ ਇੱਕਮਤ ਸਨ ਕਿ ਅਬਦਾਲੀ ਨੂੰ ਪੰਜਾਬ ਵਿੱਚ ਸਖ਼ਤ ਟੱਕਰ ਦੇਣੀ ਚਾਹੀਦੀ ਹੈ। ਸੋ ਇਹ ਪੱਕਾ ਹੋਇਆ ਖਾਲਸਾ ਜੀ, ਅਸੀਂ ਲਾਹੌਰ ਦੇ ਚੜ੍ਹਦੇ ਵਾਲੇ ਪਾਸਿਓਂ ਅਬਦਾਲੀ ਦੇ ਲਸ਼ਕਰ 'ਤੇ ਧਾਵਾ ਬੋਲਾਂਗੇ। ਖਾਲਸਾ ਦਲ 2 ਹਿੱਸਿਆਂ ਵਿੱਚ ਵੰਡਿਆ ਜਾਵੇਗਾ। ਇੱਕ ਦਲ ਪਹਿਲਾਂ ਹੱਲਾ ਬੋਲੇਗਾ ਅਤੇ ਜਦ ਗਿਲਜ਼ਿਆਂ ਦਾ ਪੂਰਾ ਧਿਆਨ ਉਹਨਾਂ ਵੱਲ ਹੋ ਗਿਆ ਤਾਂ ਮਗਰੋਂ ਦੂਜਾ ਦਲ ਚੜ੍ਹਾਈ ਕਰ ਦੇਵੇਗਾ। ਸਰਦਾਰ ਜੱਸਾ ਸਿੰਘ ਨੇ ਗੁਰਮਤੇ ਵਿੱਚ ਹੋਏ ਫੈਸਲੇ ਨੂੰ ਸਭ ਸਿੰਘਾਂ ਨਾਲ ਸਾਂਝਾ ਕੀਤਾ। ਇਵੇਂ ਹੀ ਕੀਤਾ ਗਿਆ। ਸਿੱਖ ਦਲ ਦੇ ਆਉਣ ਦੀ ਖਬਰ ਜਦ ਅਬਦਾਲੀ ਨੂੰ ਪੁੱਜੀ ਤਾਂ ਉਹਨੇ ਜਹਾਨ ਖਾਨ ਨੂੰ ਫੌਜ ਦੇ ਕੇ ਸਿੰਘਾਂ ਵੱਲ ਭੇਜਿਆ। ਖਾਲਸਾ ਤਾਂ ਪਹਿਲਾਂ ਹੀ ਤਿਆਰ ਸੀ। ਸਰਦਾਰ ਜੱਸਾ ਸਿੰਘ ਅਤੇ ਘਨੱਈਏ ਸਰਦਾਰਾਂ ਨੇ ਜਹਾਨ ਖਾਂ ਉੱਤੇ ਹੱਲਾ ਬੋਲ ਦਿੱਤਾ। ਜਦ ਦੁਰਾਨੀ ਸਿੱਖਾਂ ਸਰਦਾਰਾਂ ਨਾਲ ਘਮਸਾਨ ਵਿੱਚ ਰੁੱਝ ਗਏ ਤਾਂ ਮੌਕਾ ਦੇਖ ਕੇ ਸਰਦਾਰ ਚੜ੍ਹਤ ਸਿੰਘ ਅਤੇ ਸਰਦਾਰ ਲਹਿਣਾ ਸਿੰਘ ਨੇ ਦੂਜੇ ਪਾਸਿਓਂ ਚੜ੍ਹਾਈ ਕਰ ਦਿੱਤੀ ਅਤੇ ਗਿਲਜ਼ਿਆਂ ਦਾ ਕਰੜਾ ਇਮਤਿਹਾਨ ਲਿਆ। ਸਿੰਘ ਦੁਰਾਨੀਆਂ ਉੱਤੇ ਕਿਆਮਤ ਬਣ ਕੇ ਟੁੱਟੇ ਸਨ। ਆਥਣ ਤੀਕ ਲੜਾਈ ਹੁੰਦੀ ਰਹੀ ਅਤੇ ਅਫਗਾਨ ਸਿੰਘਾਂ ਦਾ ਇਹ ਹਮਲਾ ਸਹਾਰ ਨਾ ਸਕੇ। 2000 ਦੇ ਕਰੀਬ ਪਠਾਨ ਸਿੰਘਾਂ ਨੇ ਪਾਰ ਬੁਲਾ ਦਿੱਤੇ। ਜਹਾਨ ਖਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਘੋੜੇ ਤੋਂ ਡਿੱਗ ਪਿਆ। ਭੱਜ ਕੇ ਉਸਦੇ ਕੁਝ ਸਿਪਾਹੀਆਂ ਨੇ ਉਸਨੂੰ ਸੰਭਾਲਿਆ। ਅਫਗਾਨਾਂ ਦਾ ਬਹੁਤਾ ਸਮਾਨ ਸਿੰਘਾਂ ਨੇ ਲੁੱਟ ਲਿਆ।
ਜਹਾਨ ਖਾਨ ਦੇ ਫੱਟੜ ਹੋ ਜਾਣ ਮਗਰੋਂ ਅਫਗਾਨ ਲਸ਼ਕਰ ਪਿੱਛੇ ਹਟ ਗਿਆ। ਸਿੰਘ ਵੀ ਰਾਤ ਨੂੰ ਆਲੇ ਦੁਆਲੇ ਦੇ ਝੱਲਾਂ ਵਿੱਚ ਛਪੋਲ ਹੋ ਗਏ। ਉਹਨਾਂ ਦੀ ਰਣਨੀਤੀ ਇਹੋ ਹੁੰਦੀ ਸੀ ਤੇ ਉਹਨਾਂ ਮੌਕਾ ਦੇ ਕੇ ਅਫਗਾਨ ਲਸ਼ਕਰ ਤੇ ਮੁੜ ਹੱਲਾ ਕਰ ਦੇਣਾ ਸੀ। ਅਬਦਾਲੀ ਸਿੱਖਾਂ ਦੀ ਇਸ ਬਾਣ ਤੋਂ ਵਾਕਫ ਸੀ, ਪਰ ਉਹ ਬਹੁਤੀ ਦੇਰ ਪੰਜਾਬ ਵਿੱਚ ਹੀ ਬੈਠਾ ਨਹੀਂ ਰਹਿ ਸਕਦਾ ਸੀ। ਦਿੱਲੀ ਵਿੱਚ ਹੋ ਰਹੀ ਟੁੱਟ ਭੱਜ ਰੋਕਣ ਲਈ ਉਸ ਨੂੰ ਅੱਗੇ ਵਧਣਾ ਹੀ ਪੈਣਾ ਸੀ। ਸੋ ਉਸਨੇ ਸ਼ਾਹ ਵਲੀ ਦੇ ਭਰਾ ਨੂੰ ਲਾਹੌਰ ਬਿਠਾਇਆ ਤੇ ਆਪ ਅੱਗੇ ਵਧ ਗਿਆ। ਦਿੱਲੀ ਵਿੱਚ ਵਜ਼ੀਰ ਗਾਜ਼ੀਉਦੀਨ ਇਮਾਦੁਲ ਮੁਲਕ ਨੇ ਬਾਦਸ਼ਾਹ ਆਲਮਗੀਰ ਕਤਲ ਕਰਵਾ ਦਿੱਤਾ ਸੀ ਤੇ ਸ਼ਾਹੀ ਘਰਾਣੇ ਵਿੱਚੋਂ ਆਪਣੀ ਇੱਕ ਕਠਪੁਤਲੀ ਨੂੰ ਤਖ਼ਤ 'ਤੇ ਬਿਠਾ ਦਿੱਤਾ ਸੀ। ਅਬਦਾਲੀ ਸਹਾਰਨਪੁਰ ਆ ਲੱਥਾ, ਜਿੱਥੇ ਉਸ ਨੂੰ ਨਜ਼ੀਬ ਦੌਲਾ ਆ ਕੇ ਮਿਲਿਆ। ਮਰਾਠਿਆਂ ਤੇ ਅਫਗਾਨਾਂ ਦੀ ਪਹਿਲੀ ਟੱਕਰ ਜਮਨਾ ਦੇ ਬੁਰਾਰੀ ਘਾਟ 'ਤੇ ਹੋਈ, ਜਿਸ ਵਿੱਚ ਅਫਗਾਨ ਮਾਮੂਲੀ ਵਿਰੋਧ ਮਗਰੋਂ ਜੇਤੂ ਰਹੇ ਤੇ ਮਰਾਠਿਆਂ ਦਾ ਸੈਨਾਪਤੀ ਦੱਤਾ ਜੀ ਸ਼ਿੰਦੇ ਮਾਰਿਆ ਗਿਆ। ਇਸ ਮਗਰੋਂ ਜੋੜ ਤੋੜ ਦਾ ਗੇੜ ਚੱਲਿਆ। ਮਰਾਠਿਆਂ ਤੇ ਅਫਗਾਨਾਂ ਦੋਹਾਂ ਦਾ ਜ਼ੋਰ ਇਸ ਗੱਲ 'ਤੇ ਲੱਗਿਆ ਹੋਇਆ ਸੀ ਕਿ ਵੱਧ ਤੋਂ ਵੱਧ ਰਾਜੇ ਰਜਵਾੜੇ ਆਪਣੇ ਨਾਲ ਰਲਾਏ ਜਾਣ। ਵੱਡੀ ਗੱਲ ਸਜਾਉਦੌਲਾ ਦੀ ਨਾਂ 'ਤੇ ਖੜੀ ਸੀ। ਉਹ ਜਿਸ ਪਾਸੇ ਹੋ ਜਾਂਦਾ ਸੀ ਪਾਸਾ ਉਸੇ ਪਾਸੇ ਨੂੰ ਭਾਰਾ ਹੋ ਜਾਂਦਾ ਸੀ। ਉਸ ਕੋਲ 40,000 ਦੇ ਲਗਭਗ ਫੌਜ ਸੀ। ਦੋਹਾਂ ਧਿਰਾਂ ਨੇ ਉਸ ਨੂੰ ਨਾਲ ਰਲਾਉਣ ਦੀ ਪੂਰੀ ਵਾਹ ਲਾਈ, ਪਰ ਅਬਦਾਲੀ ਨੇ ਨਜ਼ੀਬ ਦੌਲੇ ਰਾਹੀਂ ਲਿਖਵਾ ਕੇ ਭੇਜਿਆ, ਜੇ ਤੁਸੀਂ ਇਸ ਜੰਗ ਵਿੱਚ ਸਾਡੀ ਮਦਦ ਕਰੋ ਤਾਂ ਦਿੱਲੀ ਦੀ ਵਜ਼ੀਰੀ ਮੈਂ ਹੁਣੇ ਤੁਹਾਨੂੰ ਲਿਖ ਕੇ ਦਿੰਦਾ ਹਾਂ। ਅਤੇ ਸਜਾਉਦੌਲਾ ਨੇ ਅਫਗਾਨਾਂ ਨੂੰ ਚੁਣਿਆ। ਸਭ ਤਰ੍ਹਾਂ ਦੀ ਗੰਢ ਧੁੱਪ ਕਰਨ ਮਗਰੋਂ ਪੇਸ਼ਵਾ ਦਾ ਭਾਈ ਮਰਾਠਾ ਸਰਦਾਰ ਸਦਾ ਸ਼ਿਵ ਰਾਓ ਆਪਣੇ ਲਸ਼ਕਰ ਸਮੇਤ ਅਫਗਾਨਾਂ ਦਾ ਮੁਕਾਬਲਾ ਕਰਨ ਲਈ ਡਟ ਕੇ ਖਲੋ ਗਿਆ। ਸਦਾ ਸ਼ਿਵ ਸੱਚਮੁੱਚ ਯੋਧਾ ਸਰਦਾਰ ਸੀ ਅਤੇ ਸਨਮੁੱਖ ਜੰਗ ਲੜਨ ਦਾ ਚਾਹਵਾਨ ਸੀ। ਉਹ ਆਮ ਸਰਦਾਰਾਂ ਵਾਂਗ ਪਿੱਛੇ ਹਾਥੀ 'ਤੇ ਬੈਠ ਕੇ ਜੰਗ ਵੇਖਣ ਦਾ ਇੱਛਕ ਨਹੀਂ ਸੀ। ਉਸ ਦਾ ਭਰੋਸਾ ਸੀ ਕਿ ਜੰਗ ਮੈਦਾਨ ਵਿੱਚ ਉਤਰ ਕੇ ਲੜੀ ਜਾਵੇ ਤਾਂ ਹੀ ਜਿੱਤੀ ਜਾਂਦੀ ਹੈ। ਮਰਾਠਾ ਫੌਜ ਦੀ ਅਗਵਾਈ ਪੇਸ਼ਵਾ ਦਾ ਪੁੱਤਰ ਵਿਸ਼ਵਾਸ ਰਾਓ ਕਰ ਰਿਹਾ ਸੀ। ਉਹ ਉਮਰ ਵਿੱਚ ਅਜੇ ਹੌਲਾ ਸੀ। ਸੋ ਸਦਾ ਸ਼ਿਵ ਨੇ ਬਾਜ਼ੀ ਰਾਓ ਅਤੇ ਮਸਤਾਨੀ ਦੇ ਪੁੱਤਰ ਸ਼ਮਸ਼ੇਰ ਬਹਾਦਰ ਨੂੰ ਸਦਾ ਸ਼ਿਵ ਰਾਓ ਦੇ ਨਾਲ ਪਰਛਾਵਾਂ ਬਣ ਕੇ ਰਹਿਣ ਲਈ ਕਿਹਾ ਹੋਇਆ ਸੀ। ਹੁਣ ਦੋਹੇ ਫੌਜਾਂ ਦੇ ਵਿਚਾਲੇ ਜਮਨਾ ਸੀ, ਜੋ ਪਾਣੀ ਦੇ ਜ਼ਿਆਦਾ ਬਹਾਅ ਕਾਰਨ ਚੜ੍ਹੀ ਹੋਈ ਸੀ। ਸੋ ਉਸ ਉੱਤੇ ਕੋਈ ਨਵਾਂ ਪੁਲ ਬਣਾਉਣਾ ਸੌਖਾ ਕੰਮ ਨਹੀਂ ਸੀ। ਸਦਾ ਸ਼ਿਵ ਨੇ ਸੋਚਿਆ ਕਿ ਇੰਝ ਬੇਅਰਥ ਪਾਣੀ ਲੱਥ ਜਾਣ ਦੀ ਉਡੀਕ ਕਰਨ ਨਾਲੋਂ ਚੰਗਾ ਹੈ ਕਿ ਉਹ ਦਿੱਲੀ ਨੂੰ ਚਾਲਾ ਪਾ ਦੇਣ। ਇਸ ਨਾਲ ਇੱਕ ਤਾਂ ਅਸੀਂ ਦਿੱਲੀ ਫਤਿਹ ਕਰ ਲਵਾਂਗੇ, ਨਾਲ ਹੀ ਦਿੱਲੀ ਵਾਲੇ ਪੁਲਾਂ ਤੋਂ ਜਮਨਾ ਪਾਰ ਕੀਤੀ ਜਾ ਸਕੇਗੀ। ਸਦਾ ਸ਼ਿਵ ਦੇ ਬੋਲਾਂ ਵਿੱਚ ਦ੍ਰਿੜਤਾ ਸੀ। ਉਸ ਦੀ ਇਹ ਵਿਉਂਤ ਉਸ ਦੇ ਬਾਕੀ ਸਾਥੀਆਂ ਅਤੇ ਸੈਨਾਪਤੀਆਂ ਨੂੰ ਭਾ ਗਈ। ਮਰਾਠਾ ਸੈਨਾ ਨੇ ਦਿੱਲੀ ਵੱਲ ਨੂੰ ਕੂਚ ਕਰ ਦਿੱਤਾ। ਇੱਕ ਦਿਨ ਮਗਰੋਂ ਜਦ ਅਬਦਾਲੀ ਨੂੰ ਮਰਾਠਿਆਂ ਦੇ ਜਮਨਾ ਦੇ ਪਰਲੇ ਕੰਢਿਓਂ ਤੁਰ ਜਾਣ ਦਾ ਪਤਾ ਲੱਗਾ ਤਾਂ ਉਸਨੇ ਤੁਰੰਤ ਸੂਏ ਭੇਜ ਕੇ ਪਤਾ ਕਰਵਾਇਆ, ਮਰਾਠਾ ਸੈਨਾ ਦਿੱਲੀ ਵੱਲ ਜਾ ਰਹੀ ਹੈ ਹਜ਼ੂਰ, ਸੂਈਆਂ ਨੇ ਆ ਕੇ ਖਬਰ ਦਿੱਤੀ। ਛੇਤੀ ਨਾਲ ਦਿੱਲੀ ਕੂਚ ਦੀ ਤਿਆਰੀ ਕਰੋ, ਇਸ ਤੋਂ ਪਹਿਲਾਂ ਕਿ ਲਾਲ ਕਿਲ੍ਹੇ 'ਤੇ ਮਰਾਠੇ ਆਪਣਾ ਪਰਚਮ ਚਲਾ ਦੇਣ, ਸ਼ਾਹ ਵਲੀ ਨੂੰ ਅਬਦਾਲੀ ਬੋਲਿਆ। ਪਰ ਇੱਧਰ ਬਿਨਾਂ ਕਿਸੇ ਖਾਸ ਵਿਰੋਧ ਤੋਂ ਮਰਾਠਿਆਂ ਨੇ ਦਿੱਲੀ ਮਾਰ ਲਈ। ਗਾਜ਼ੀਉਦੀਨ ਵਜ਼ੀਰ ਦਾ ਕਠਪੁਤਲੀ ਬਾਦਸ਼ਾਹ ਕੁਝ ਨਾ ਕਰ ਸਕਿਆ ਅਤੇ ਕਿਲ੍ਹਾ ਛੱਡ ਕੇ ਭੱਜ ਗਿਆ। ਪੇਸ਼ਵਾ ਦੇ ਪੁੱਤਰ ਵਿਸ਼ਵਾਸ ਰਾਓ ਨੂੰ ਦਿੱਲੀ ਤਖ਼ਤ 'ਤੇ ਬਿਠਾਇਆ ਗਿਆ। ਜਦ ਤੀਕ ਅਫਗਾਨ ਵੀ ਦਿੱਲੀ ਪਹੁੰਚ ਗਏ ਤੇ ਮਰਾਠਿਆਂ ਨੇ ਕੰਜਪੁਰੇ ਨੂੰ ਚਾਲਾ ਪਾ ਦਿੱਤਾ। ਕੰਜਪੁਰਾ ਜਿੱਤਣ ਵਿੱਚ ਵੀ ਉਹਨਾਂ ਨੂੰ ਬਹੁਤੀ ਮੁਸ਼ਕਤ ਨਹੀਂ ਕਰਨੀ ਪਈ। ਮਰਾਠਿਆਂ ਵੱਲੋਂ ਪਹਿਲਾਂ ਦਿੱਲੀ ਅਤੇ ਫਿਰ ਕੰਜਪੁਰਾ ਮਾਰ ਲੈਣ ਦੇ ਅਬਦਾਲੀ ਗੁੱਸੇ ਨਾਲ ਭਖਣ ਲੱਗਾ। ਹੁਣ ਉਹ ਇੱਕ ਪਾਸੜ ਜੰਗ ਚਾਹੁੰਦਾ ਸੀ। ਹੁਣ ਸਿਰਫ ਦਿੱਲੀ ਨਹੀਂ, ਦੁਰਾਨੀਆਂ ਦਾ ਪਰਚਮ ਪੂਨੇ ਵੀ ਝੂਲੇਗਾ। ਗੁੱਸੇ ਵਿੱਚ ਬੋਲਦੇ ਹੋਏ ਅਬਦਾਲੀ ਦੀਆਂ ਅੱਖਾਂ ਸੁਰਖ ਲਾਲ ਸਨ। ਆਖਰ ਬਹੁਤ ਭੱਜ ਨੱਸ ਮਗਰੋਂ ਦੋਹੇ ਫੌਜਾਂ ਪਾਣੀਪਤ ਆ ਲੱਥੀਆਂ।
ਪਰ ਇੱਥੇ ਵੀ ਜੰਗ ਇੱਕਦਮ ਨਹੀਂ ਸ਼ੁਰੂ ਹੋਈ। ਰਸਦ ਪਾਣੀ ਪਿੱਛੇ ਛੋਟੀਆਂ ਮੋਟੀਆਂ ਝੜਪਾਂ ਹੁੰਦੀਆਂ ਰਹੀਆਂ, ਪਰ ਕਿਸੇ ਵੱਡੇ ਹਮਲੇ ਤੋਂ ਦੋਹਾਂ ਫੌਜਾਂ ਨੇ ਬਚਾ ਰੱਖਿਆ। 1.5-2 ਲੱਖ ਅਫਗਾਨ ਤਾਂ ਇੱਦੋਂ ਲਗਭਗ ਦੁੱਕਣੇ ਮਰਾਠੇ 3 ਮਹੀਨੇ ਪਾਣੀਪਤ ਵਿੱਚ ਇੱਕ ਦੂਜੇ ਦੇ ਸਾਹਮਣੇ ਬੈਠੇ ਰਹੇ। ਪਰ ਏਡੀ ਫੌਜ ਨੂੰ ਜੇ ਪਿੱਛੋਂ ਲਗਾਤਾਰ ਰਸਦ ਪਾਣੀ ਨਾ ਪਹੁੰਚੇ ਤਾਂ ਕਿੰਨਾ ਕੁ ਚਿਰ ਬੈਠਿਆ ਜਾ ਸਕਦਾ ਹੈ। ਲੜਾਈ ਵਿੱਚ ਤਾਂ ਪਤਾ ਨਹੀਂ ਕਿਸੇ ਸਿਪਾਹੀ ਨੇ ਕਦੋਂ ਮਰਨਾ ਸੀ, ਪਰ ਭੁੱਖ ਨਾਲ ਤਾਂ ਉਹ ਹੁਣ ਤੜਫ ਰਹੇ ਸਨ। ਮਰਾਠਿਆਂ ਦਾ ਵੱਧ ਬੁਰਾ ਹਾਲ ਸੀ। ਇੱਕ ਤਾਂ ਉਹਨਾਂ ਦਾ ਲਸ਼ਕਰ ਵੱਧ ਸੀ ਅਤੇ ਦੂਜਾ ਨਾਲ ਕਈ ਹਜ਼ਾਰ ਦੀ ਗਿਣਤੀ ਵਿੱਚ ਤੀਵੀਆਂ ਵੀ ਸਨ, ਜੋ ਤੀਰਥ ਯਾਤਰਾ ਅਤੇ ਗੰਗਾ ਜਮਨਾ ਇਸ਼ਨਾਨ ਲਈ ਉੱਤਰ ਵਿੱਚ ਨਾਲ ਆਈਆਂ ਸਨ। ਸੋ ਸਦਾ ਸ਼ਿਵ ਰਾਓ ਨੇ ਮਜਬੂਰੀ ਵਿੱਚ ਸਜਾਓ ਦੌਲਾ ਤੱਕ ਪਹੁੰਚ ਕੀਤੀ ਅਤੇ ਉਸ ਰਾਹੀਂ ਅਬਦਾਲੀ ਕੋਲ ਸੁਲਾਹ ਦਾ ਪ੍ਰਵਾਨਾ ਭੇਜਿਆ। ਜੇ ਤੁਸੀਂ ਇੱਥੋਂ ਘੇਰਾ ਚੁੱਕ ਲਓ ਤਾਂ ਅਸੀਂ ਵਾਪਸ ਪੂਨੇ ਮੁੜ ਜਾਣ ਲਈ ਤਿਆਰ ਹਾਂ। ਮੇਰਾ ਕੰਮ ਲੜਨਾ ਹੈ, ਮੈਨੂੰ ਲੜਨਾ ਹੀ ਆਉਂਦਾ ਹੈ, ਸੁਲਾਹ ਕਰਨੀ ਨਹੀਂ। ਅਬਦਾਲੀ ਮਰਾਠਿਆਂ ਦੀ ਸਥਿਤੀ ਜਾਣਦਾ ਸੀ, ਸੋ ਉਸਨੇ ਸਦਾ ਸ਼ਿਵ ਦੀ ਪੇਸ਼ਕਸ਼ ਠੁਕਰਾ ਦਿੱਤੀ। ਆਖਰ ਮਰਦੇ ਕੀ ਨਾ ਕਰਦੇ, ਜਦ ਮਰਾਠਿਆਂ ਨੂੰ ਉਹਨਾਂ ਦੇ ਮਿੱਤਰ ਰਾਜਿਆਂ ਜਿਨ੍ਹਾਂ ਵਿੱਚ ਬਾਬਾ ਆਲਾ ਸਿੰਘ ਵੀ ਸ਼ਾਮਲ ਸੀ ਵੱਲੋਂ ਆਉਂਦੀ ਰਸਦ ਦੀ ਸਹਾਇਤਾ ਵੀ ਸਰਬੁਲੰਦ ਖਾਂ ਨੇ ਲੁੱਟਣੀ ਸ਼ੁਰੂ ਕਰ ਦਿੱਤੀ ਤਾਂ ਮਰਾਠੇ ਸੈਨਾਪਤੀ ਚੀਕ ਉੱਠੇ, ਫੌਜ ਵਿੱਚ ਬਗਾਵਤ ਫੈਲ ਜਾਵੇਗੀ ਬਾਊ, ਸਿਪਾਹੀ ਕਹਿ ਰਹੇ ਹਨ ਕਿ ਭੁੱਖੇ ਮਰਨ ਨਾਲੋਂ ਤਾਂ ਲੜ ਕੇ ਮਰਨਾ ਚੰਗਾ ਹੈ। ਜੇ ਅਸੀਂ ਹਜੇ ਵੀ ਹਮਲਾ ਕਰਨ ਵਿੱਚ ਢਿੱਲ ਕੀਤੀ ਤਾਂ ਸਾਡੇ ਲਈ ਆਪਣੀ ਫੌਜ ਦਾ ਵਿਰੋਧ ਸਹਿਣਾ ਹੀ ਔਖਾ ਹੋ ਜਾਵੇਗਾ। ਇਕੱਠੇ ਹੋ ਕੇ ਆਏ ਸੈਨਾਪਤੀਆਂ ਅਤੇ ਸਦਾ ਸ਼ਿਵ ਰਾਓ ਨੂੰ ਸੁਚੇਤ ਕੀਤਾ। ਭੁੱਖ ਨਾਲ ਮਰਦੇ ਮਰਾਠਿਆਂ ਨੇ ਹੱਲਾ ਬੋਲ ਦਿੱਤਾ। ਮਰਾਠਾ ਤੋਪਾਂ ਦੇ ਪਹਿਲੇ ਗੋਲੇ ਅਫਗਾਨਾਂ ਦੇ ਉੱਤੋਂ ਦੀ ਲੰਘ ਗਏ। ਕਹਿੰਦੇ ਨੇ ਕਿ ਕੁਝ ਮਰਾਠਾ ਤੋਪਚੀ ਅੰਦਰੋਂ ਅੰਦਰੀ ਲਾਲਚਵਸ ਨਜ਼ੀਬ ਖਾਂ ਅਫਗਾਨ ਨਾਲ ਮਿਲੇ ਹੋਏ ਸਨ। ਮਰਾਠਾ ਸੈਨਾਪਤੀ ਇਬਰਾਹਿਮ ਖਾਂ ਗਾਰਦੀ 10,000 ਪੈਦਲ ਸੈਨਾ ਲੈ ਕੇ ਨਜ਼ੀਬ ਖਾਂ 'ਤੇ ਜਾ ਪਿਆ। ਉਸਨੇ ਅਫਗਾਨਾਂ ਨੂੰ ਤਕੜੀ ਟੱਕਰ ਦਿੱਤੀ ਅਤੇ 10-12 ਹਜ਼ਾਰ ਦੁਰਾਨੀ ਥੋੜ੍ਹੇ ਚਿਰ ਵਿੱਚ ਹੀ ਮੌਤ ਦੀ ਨੀਂਦੇ ਸਵਾ ਦਿੱਤੇ। ਨਜ਼ੀਬ ਖਾਂ ਡੋਲਦਾ ਜਾਪਿਆ ਤਾਂ ਸ਼ਾਹ ਵਲੀ ਉਸ ਦੀ ਮਦਦ ਲਈ 20,000 ਪਠਾਨ ਲੈ ਕੇ ਆ ਗਿਆ। ਇਹ ਦੇਖਦਿਆਂ ਵਿਸ਼ਵਾਸ ਰਾਓ ਅਤੇ ਸਦਾ ਸ਼ਿਵ ਵੀ ਆਪਣੀ ਸੈਨਾ ਸਮੇਤ ਇੱਧਰ ਆ ਡਟੇ। ਮਰਾਠਿਆਂ ਦਾ ਜ਼ੋਰ ਵੱਧਦਾ ਦੇਖਿਆ ਤਾਂ ਅਬਦਾਲੀ ਵੱਡੀ ਫੌਜ ਸਮੇਤ ਇਸ ਮੋਰਚੇ 'ਤੇ ਪਹੁੰਚ ਗਿਆ। ਮਰਾਠੇ ਬਹੁਤ ਬਹਾਦਰੀ ਨਾਲ ਲੜ ਰਹੇ ਸਨ ਅਤੇ ਦੁਰਾਨੀਆਂ ਦੇ ਆਹੂ ਲਾ ਰਹੇ ਸਨ। ਹੁਣ ਤੱਕ ਤਾਂ ਜੰਗ ਵਿੱਚ ਮਰਾਠਿਆਂ ਦਾ ਪਾਸਾ ਭਾਰੂ ਸੀ। ਸਦਾ ਸ਼ਿਵ ਅਤੇ ਉਸਦੇ ਸਾਥੀਆਂ ਦਾ ਜੋਸ਼ ਦੇਖ ਕੇ ਇੱਕ ਵਾਰ ਤਾਂ ਕੁਝ ਅਫਗਾਨ ਸਿਪਾਹੀ ਜੰਗ ਵਿੱਚੋਂ ਪਿਛਾਂਹ ਦੌੜੇ। ਰੋਕੋ ਇਹਨਾਂ ਬੁਜ਼ਦਲਾਂ ਨੂੰ ਅਤੇ ਸਿਰ ਕਲਮ ਕਰ ਦਿਓ ਜੇ ਕੋਈ ਮੈਦਾਨ ਛੱਡ ਕੇ ਭੱਜੇ ਤਾਂ। ਅਬਦਾਲੀ ਹਾਥੀ ਤੋਂ ਚੀਕਿਆ। ਡਰਦੇ ਅਫਗਾਨ ਪਿੱਛੇ ਪਰਤ ਆਏ ਅਤੇ ਮੁੜ ਲੜਨ ਲੱਗੇ। ਨਗਾਰਿਆਂ ਨਰਸੰਗਿਆਂ ਵਿੱਚ ਗੂੰਜਦੀਆਂ ਹਰ ਹਰ ਮਹਾਦੇਵ ਅਤੇ ਅੱਲਾਹੂ ਅਕਬਰ ਦੀਆਂ ਆਵਾਜ਼ਾਂ ਹੋਰ ਬੀਰ ਰਸ ਪੈਦਾ ਕਰ ਰਹੀਆਂ ਸਨ। ਲੋਥਾਂ ਦੇ ਢੇਰ ਲੱਗਦੇ ਜਾ ਰਹੇ ਸਨ। ਲਹੂ ਦੀਆਂ ਵਹਿੰਦੀਆਂ ਧਰਾਵਾਂ ਨਦੀ ਤੀਕ ਪਹੁੰਚ ਗਈਆਂ ਅਤੇ ਜਮਨਾ ਵਿੱਚ ਲਾਲ ਰੰਗ ਦਾ ਪਾਣੀ ਵਹਿਣ ਲੱਗਾ। ਅਬਦਾਲੀ ਨੇ ਸਜਾਉਦੁੱਲਾ ਨੂੰ ਇਸ਼ਾਰਾ ਕੀਤਾ ਅਤੇ ਉਹ ਆਪਣੀ 40,000 ਰਾਖਵੀ ਖੜੀ ਫੌਜ ਲੈ ਕੇ ਰਣਤੱਤੇ ਵਿੱਚ ਆ ਗਿਆ। ਤਾਜ਼ਾ ਦਮ ਸੈਨਾ ਦੇ ਆ ਜਾਣ ਕਰਕੇ ਅਫਗਾਨਾਂ ਵਿੱਚ ਨਵੀਂ ਰੂਹ ਫੂਕੀ ਗਈ। ਵਿਸ਼ਵਾਸ ਰਾਓ ਹਾਥੀ ਤੋਂ ਉੱਤਰ ਕੇ ਮੈਦਾਨ ਵਿੱਚ ਆ ਗਿਆ। ਭਾਵੇਂ ਜੋਸ਼ ਦੀ ਕੋਈ ਕਮੀ ਨਹੀਂ ਸੀ, ਪਰ ਸੀ ਤਾਂ ਉਬਾਲ ਹੀ, ਨਾ ਹੀ ਉਮਰ ਅਤੇ ਨਾ ਹੀ ਤਜ਼ਰਬਾ। ਜੋਸ਼ ਨੂੰ ਜਾਬਤੇ ਵਿੱਚ ਰੱਖਣ ਵਾਲਾ ਹੋਸ਼ ਹੈ ਨਹੀਂ ਸੀ। ਜਲਦੀ ਹੀ ਇੱਕ ਅਫਗਾਨ ਗੋਲੀ ਉਸਦਾ ਮੱਥਾ ਪਾੜ ਗਈ। ਵਿਸ਼ਵਾਸ ਰਾਓ ਦੀ ਸ਼ਹੀਦੀ ਦੇਖ ਕੇ ਸਦਾ ਸ਼ਿਵ ਨੂੰ ਹੋਰ ਰੋਹ ਚੜ੍ਹ ਗਿਆ ਅਤੇ ਉਸਦੀ ਤਲਵਾਰ ਵਿੱਚੋਂ ਅੱਗ ਨਿਕਲਣ ਲੱਗੀ। ਹੁਣ ਤੱਕ ਸਾਰੇ ਮਰਾਠੇ ਸਰਦਾਰ ਅਤੇ ਸੈਨਾਪਤੀ ਜਾਂ ਤਾਂ ਜ਼ਖਮੀ ਹੋ ਚੁੱਕੇ ਸਨ ਜਾਂ ਚਲਾਣਾ ਕਰ ਗਏ ਸਨ। ਸਮੁੰਦਰ ਦੀ ਇੱਕ ਵੱਡੀ ਛੱਲ ਵਾਂਗ ਸਦਾ ਸ਼ਿਵ ਅੱਗੇ ਵੱਧਦਾ ਜਾ ਰਿਹਾ ਸੀ।
ਕੁਝ ਸਮੇਂ ਮਗਰੋਂ ਉਹ ਅਫਗਾਨਾਂ ਦੇ ਇੱਕ ਸੰਘਣੇ ਝੁੰਡ ਵਿੱਚ ਪਹੁੰਚ ਗਿਆ। ਸ਼ਸਤਰ ਉਸਦੇ ਹੱਥੋਂ ਡਿੱਗ ਪਿਆ ਤੇ 6-7 ਕਾਬਲੀ ਬਰਛੇ ਉਸਦੇ ਸੀਨੇ ਤੋਂ ਪਾਰ ਹੋ ਗਏ, ਪਰ ਫਿਰ ਵੀ ਸਦਾਸ਼ਿਵ ਅੰਤਮ ਸਵਾਸ ਤੱਕ ਲੜਦਾ ਰਿਹਾ। ਵਿਸ਼ਵਾਸ ਰਾਓ ਤੇ ਸਦਾਸ਼ਿਵ ਦੇ ਮਾਰੇ ਜਾਣ ਤੇ ਮਰਾਠਾ ਫੌਜ ਵਿੱਚ ਭਗਦੜ ਮੱਚ ਗਈ। ਆਗੂ ਵਿਹੂਨ ਫੌਜ ਨੂੰ ਸੇਧ ਦੇਣ ਵਾਲਾ ਕੋਈ ਨਾ ਬਚਿਆ ਤੇ ਉਹ ਹਰਫਲ ਕੇ ਪਿੱਛੇ ਨੂੰ ਭੱਜ ਪਏ। ਹੁਣ ਤਾਂ ਅਫਗਾਨਾਂ ਨੇ ਮਾਨੋ ਵਾਢੀ ਧਰ ਲਈ। ਪਾਣੀਪਤ ਵਿੱਚ 2 ਲੱਖ ਦੇ ਕਰੀਬ ਆਦਮੀ ਇੱਕ ਦਿਨ ਵਿੱਚ ਹੀ ਮਾਰੇ ਗਏ। ਹਾਥੀ ਘੋੜੇ ਊਠਾਂ ਦੀ ਗਿਣਤੀ ਤਾਂ ਕਿਹਨੇ ਕਰਨੀ ਸੀ। 2 ਵਿੱਚੋਂ 1.5 ਲੱਖ ਦੇ ਕਰੀਬ ਮਰਾਠਾ ਸੈਨਾ ਮਾਰੀ ਗਈ। ਮਰਾਠਿਆਂ ਦਾ ਪਾਣੀਪਤ ਵਿੱਚ ਐਸਾ ਲੱਕ ਟੁੱਟਿਆ ਕਿ ਉਹ ਕਦੇ ਦੁਬਾਰਾ ਪੈਰਾਂ ਸਿਰ ਨਾ ਹੋ ਸਕੇ। ਭੱਜੇ ਜਾਂਦੇ ਮਰਾਠਿਆਂ ਨੂੰ ਤਾਂ ਲਾਲਚ ਵੱਸ ਕਈ ਥਾਈਂ ਖਲਕਤ ਨੇ ਵੀ ਘੇਰ ਕੇ ਮਾਰਿਆ। ਅਬਦਾਲੀ ਨੇ ਮਰਾਠਿਆਂ ਦਾ ਬਚਿਆ ਸਾਰਾ ਡੇਰਾ ਲੁੱਟ ਲਿਆ, ਜਿਸ ਵਿੱਚ 50 ਲੱਖ ਨਗਦ ਤੋਂ ਬਿਨਾਂ 20 ਲੱਖ ਦੀ ਕੀਮਤ ਤੇ ਸੋਨੇ ਚਾਂਦੀ ਦੇ ਬਰਤਨ ਸਨ, ਜਿਨ੍ਹਾਂ ਵਿੱਚ ਮਰਾਠੇ ਸਰਦਾਰ ਜੰਗ ਦੌਰਾਨ ਵੀ ਭੋਜਨ ਕਰਦੇ ਸਨ। ਜੰਗ ਵਿੱਚ ਵੀ ਰੋਟੀ ਸੋਨੇ ਚਾਂਦੀ ਦੇ ਬਰਤਨਾਂ ਵਿੱਚ? ਦਰਬਾਰਾ ਸਿਉਂ ਹੈਰਾਨ ਹੁੰਦਾ ਬੋਲਿਆ, ਦੇਖ ਲਓ ਫਿਰ ਜੰਗ ਦਾ ਨਤੀਜਾ ਵੀ ਦੇਖ ਲਓ, ਬਾਬੇ ਨੇ ਜਵਾਬ ਦਿੱਤਾ। ਲੁੱਟ ਦੇ ਮਾਲ ਵਿੱਚ ਹੀ ਹਜ਼ਾਰਾਂ ਹਿੰਦੁਸਤਾਨੀ ਔਰਤਾਂ ਤੇ ਮਰਦ ਵੀ ਕੈਦ ਕਰ ਲਏ ਗਏ, ਜਿਨ੍ਹਾਂ ਨੂੰ ਕਾਬਲ ਵਿੱਚ ਲਿਜਾ ਕੇ ਗੁਲਾਮ ਤੇ ਦਾਸ ਬਣਾਇਆ ਜਾਣਾ ਸੀ। ਉੱਧਰ ਸ਼ਾਹ ਕਈ ਮਹੀਨੇ ਦਿੱਲੀ ਤੇ ਪਾਣੀਪਤ ਵਿੱਚ ਰੁੱਝਿਆ ਰਿਹਾ ਤੇ ਇੱਧਰ ਸਿੰਘਾਂ ਪੰਜਾਬ ਵਿੱਚ ਆਪਣੇ ਮੋਰਚੇ ਪੱਕੇ ਕਰ ਲਏ। ਪੰਜਾਬ ਸੁੰਨਾ ਪਿਆ ਹੋਣ ਕਰਕੇ ਇਹ ਸਿੰਘਾਂ ਲਈ ਸੁਨਹਿਰੀ ਮੌਕਾ ਸੀ। ਕਈ ਸਰਦਾਰਾਂ ਨੇ ਥਾਂ ਪਰ ਥਾਂ ਆਪਣੇ ਕਿਲੇ ਉਸਾਰਨੇ ਸ਼ੁਰੂ ਕਰ ਦਿੱਤੇ। ਅਬਦਾਲੀ ਦਾ ਲਾਹੌਰ ਬਿਠਾਇਆ ਹੋਇਆ ਸੂਬਾ ਕਰੀਮਦਾਦ ਜ਼ੈਨ ਖਾਂ ਕੋਲ ਸਰਹੰਦ ਚਲਾ ਗਿਆ ਸੀ, ਜਿੱਥੋਂ ਉਹ ਸ਼ਾਹ ਦੇ ਸੱਦੇ 'ਤੇ ਦਿੱਲੀ ਪਹੁੰਚ ਗਏ ਸਨ। ਲਾਹੌਰ ਖਾਲੀ ਹੋ ਗਿਆ ਸੀ। ਪੰਜਾਬ ਦਾ ਸੂਬੇਦਾਰ ਅਬਦਾਲੀ ਨੇ ਆਪਣੇ ਚਾਚੇ ਸਰਬੁਲੰਦ ਖਾਂ ਨੂੰ ਲਾਇਆ ਹੋਇਆ ਸੀ, ਜੋ ਕਿ ਸਿੰਘਾਂ ਤੋਂ ਪੈ ਖਾਂਦਾ ਸੀ। ਉਹ ਦੁਬਕ ਕੇ ਜਲੰਧਰ ਵਿੱਚ ਹੀ ਬੈਠਾ ਸੀ। ਜਦ ਉਸਨੂੰ ਕਰੀਮਦਾਦ ਦੇ ਦਿੱਲੀ ਜਾਣ ਦੀ ਖਬਰ ਮਿਲੀ ਤਾਂ ਵੀ ਉਸਨੇ ਲਾਹੌਰ ਜਾਣ ਦੀ ਹਿੰਮਤ ਨਾ ਕੀਤੀ। ਉਸਨੇ ਸਗੋਂ ਸਾਦਤ ਯਾਰ ਨੂੰ ਲਾਹੌਰ, ਰੁਸਤਮ ਖਾਂ ਨੂੰ ਸਿਆਲਕੋਟ ਤੇ ਸਮੁੰਦ ਖਾਂ ਨੂੰ ਸਰਹੰਦ ਦਾ ਫੌਜਦਾਰ ਲਾਇਆ ਤੇ ਆਪ ਵੀ ਅਬਦਾਲੀ ਦੀ ਛਾਂ ਹੇਠ ਦਿੱਲੀ ਪਾਣੀਪਤ ਨੂੰ ਰਵਾਨਾ ਹੋ ਗਿਆ। ਸਰਬੁਲੰਦ ਖਾਂ ਨੇ ਪੰਜਾਬ ਵਿੱਚ ਸਿੰਘਾਂ ਨਾਲ ਮੱਥਾ ਲਾਉਣ ਨਾਲੋਂ ਮਰਾਠਿਆਂ ਨਾਲ ਹੋ ਰਹੀ ਜੰਗ ਵਿੱਚ ਜਾਣ ਨੂੰ ਹੀ ਤਰਜੀਹ ਦਿੱਤੀ। ਕਾਰਨ ਸਾਫ਼ ਸੀ ਕਿ ਅਬਦਾਲੀ ਤੇ ਹੋਰ ਵੱਡੇ ਫੌਜਦਾਰਾਂ ਤੋਂ ਸੱਖਣੇ ਪਏ ਪੰਜਾਬ ਤੋਂ ਉਸਨੂੰ ਭੈ ਆਉਣ ਲੱਗਾ ਸੀ ਤੇ ਉਸਨੇ ਆਪਣੀ ਸੁਰੱਖਿਆ ਲਈ ਇੱਥੋਂ ਚਲੇ ਜਾਣਾ ਸੀ। ਖਾਲਸੇ ਨੇ ਕਈ ਥਾਈਂ ਨਵੇਂ ਕਿਲੇ ਉਸਾਰ ਲਏ ਤੇ ਪੁਰਾਣੇ ਪੱਕੇ ਕਰ ਲਏ। ਸਰਦਾਰ ਚੜ੍ਹ ਸਿੰਘ ਨੇ ਅਫਗਾਨਾਂ ਦੇ ਟਾਕਰੇ ਲਈ ਗੁੱਜਰਾਂ ਵਾਲੇ ਵਿੱਚ ਪੱਕਾ ਕਿਲ੍ਹਾ ਖੜ੍ਹਾ ਕਰ ਲਿਆ। ਅਫਗਾਨਾਂ ਦਾ ਪੰਜਾਬ ਵਿੱਚ ਹੁਣ ਵੱਡੇ ਨਗਰਾਂ ਵਿੱਚ ਹੀ ਰਾਜ ਚੱਲਦਾ ਸੀ। ਬਾਹਰ ਸਭ ਥਾਈਂ ਖਾਲਸੇ ਦਾ ਬੋਲਬਾਲਾ ਹੋ ਚੁੱਕਾ ਸੀ। ਵੱਡੇ ਵੱਡੇ ਜ਼ਿਮੀਂਦਾਰ ਚੌਧਰੀਆਂ ਨੇ ਖਾਲਸੇ ਦੀ ਈਨ ਮੰਨ ਲਈ ਤੇ ਓਟ ਹੇਠ ਆ ਗਏ। ਸਿਆਲਕੋਟ ਦੇ ਫੌਜਦਾਰ ਰੁਸਤਮ ਖਾਨ ਨੇ ਭੁੱਲ ਕਰਕੇ ਸਿੰਘਾਂ ਦਾ ਪਿੱਛਾ ਸ਼ੁਰੂ ਕਰ ਦਿੱਤਾ, ਪਰ ਜਲਦੀ ਹੀ ਸਿੰਘਾਂ ਨੇ ਉਸ ਨੂੰ ਪੰਜੀ ਦਾ ਭੌਣ ਦਿਖਾ ਦਿੱਤਾ। ਉਸ ਨੂੰ ਨਜ਼ਰਾਨੇ ਦੇ ਕੇ ਆਪਣੀ ਜਾਨ ਬਖਸ਼ਵਾਉਣੀ ਪਈ। ਸਭ ਪਾਸੇ ਨਿਵਾ ਕੇ ਸਿੰਘਾਂ ਨੇ ਲਾਹੌਰ ਦੁਆਲੇ ਡੇਰੇ ਲਾ ਲਏ। ਲਾਹੌਰ ਦੇ ਫੌਜਦਾਰ ਸਾਦਤ ਯਾਰ ਨੇ ਸਿੰਘਾਂ ਦਾ ਮੁਕਾਬਲਾ ਤਾਂ ਕੀ ਕਰਨਾ ਸੀ, ਸਗੋਂ ਸਰਬੁਲੰਦ ਖਾਂ ਨੂੰ ਆਪਣਾ ਅਸਤੀਫਾ ਭੇਜ ਦਿੱਤਾ। ਸਰਬੁਲੰਦ ਖਾਂ ਨੇ ਪਹਿਲਾਂ ਸੂਰਤ ਸਿੰਘ ਨਾਮੀ ਹਿੰਦੂ ਨੂੰ ਤੇ ਉਸਦੇ ਮੁੱਕਰ ਜਾਣ ਮਗਰੋਂ ਮੀਰ ਮੁਹੰਮਦ ਨੂੰ ਲਾਹੌਰ ਭੇਜਿਆ। ਅਬਦਾਲੀ ਨੂੰ ਹਿੰਦੁਸਤਾਨ ਆਏ ਨੂੰ ਲਗਭਗ 1.25 ਸਾਲ ਹੋ ਗਿਆ ਸੀ, ਪਰ ਉਹ ਦਿੱਲੀ ਪਾਣੀਪਤ ਵਿੱਚ ਐਸਾ ਫਸਿਆ ਕਿ ਪੰਜਾਬ ਵੱਲ ਧਿਆਨ ਨਾ ਕਰ ਸਕਿਆ। ਦੀਵਾਲੀ ਨੂੰ ਗੁਰਮਤਾ ਕਰਕੇ ਲਗਭਗ 15,000 ਸਿੰਘਾਂ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੀ ਅਗਵਾਈ ਵਿੱਚ ਲਾਹੌਰ ਨੂੰ ਜਾ ਘੇਰ ਲਿਆ। ਮੀਰ ਮੁਹੰਮਦ ਨੇ ਸ਼ਹਿਰ ਦੇ ਦਰਵਾਜ਼ੇ ਭੇੜ ਲਏ। ਕਿੰਨੇ ਕੁ ਦਿਨ ਮੀਰ ਕਿਲ੍ਹੇ ਵਿੱਚ ਲੁੱਕ ਕੇ ਬੈਠ ਸਕਦਾ ਸੀ? ਸਿੰਘਾਂ ਬਾਹਰੋਂ ਸਾਰਾ ਸ਼ਹਿਰ ਲੁੱਟ ਲਿਆ ਤੇ ਸ਼ਹਿਰ ਦਾ ਬਾਹਰ ਨਾਲ ਸੰਪਰਕ ਤੋੜ ਦਿੱਤਾ।
ਕੋਈ ਵੀ ਸ਼ਹਿਰ ਦੇ ਅੰਦਰ ਜਾਂ ਬਾਹਰ ਆ ਜਾ ਨਹੀਂ ਸਕਦਾ ਸੀ। 11 ਦਿਨ ਇਹ ਘੇਰਾ ਪਿਆ ਰਿਹਾ। ਜੇ ਤੂੰ ਬਾਹਰ ਆ ਕੇ ਸਾਡੇ ਨਾਲ ਟੱਕਰ ਨਾ ਲਈ ਤੇ ਜਾਂ ਬਣਦਾ ਮਾਮਲਾ ਨਾ ਦਿੱਤਾ ਤੇ ਸਿੰਘਾਂ ਦੇ ਰਸਦ ਪਾਣੀ ਲਈ ਨਜ਼ਰਾਨਾ ਭੇਟ ਨਾ ਕੀਤਾ ਤਾਂ ਅਸੀਂ ਛੇਤੀ ਹੀ ਸ਼ਹਿਰ ਦੇ ਦਰ ਭੰਨ ਕੇ ਅੰਦਰ ਆਵਾਂਗੇ। ਫਿਰ ਤੈਨੂੰ ਤੇ ਤੇਰੇ ਸ਼ਹਿਰ ਨੂੰ ਕੋਈ ਨਹੀਂ ਬਚਾ ਸਕੇਗਾ। ਸਿੰਘਾਂ ਨੇ ਮੀਰ ਮੁਹੰਮਦ ਨੂੰ ਸੁਨੇਹਾ ਪਹੁੰਚਾਇਆ। ਉਸ ਨੇ ਆਪਣੇ ਵਕੀਲਾਂ ਰਾਹੀਂ 30,000 ਨਜ਼ਰਾਨਾ ਸਿੰਘਾਂ ਲਈ ਭਿਜਵਾਇਆ ਤੇ ਸਿੰਘ ਘੇਰਾ ਚੱਕ ਕੇ ਅੰਮ੍ਰਿਤਸਰ ਆ ਪਹੁੰਚੇ। ਖਾਲਸੇ ਦਾ ਮਸਲਾ ਸਿਰਫ ਨਜ਼ਰਾਨਾ ਲੈਣਾ ਨਹੀਂ ਸੀ, ਉਹ ਤਾਂ ਅਫਗਾਨਾਂ ਨੂੰ ਦੱਸਣਾ ਚਾਹੁੰਦੇ ਸਨ ਕਿ ਪਾਈ ਬੈਠੇ ਹੋਣਗੇ ਇਹ ਸਾਰੇ ਹਿੰਦੁਸਤਾਨ ਨੂੰ ਘੇਰਾ, ਪਰ ਸਾਡੇ ਅੱਗੇ ਤਾਂ ਝੁੱਕ ਕੇ ਨਜ਼ਰਾਨੇ ਭੇਂਟ ਕਰਨੇ ਪੈ ਰਹੇ ਹਨ। ਹੁਣ ਸਤਲੁਜ ਤੋਂ ਝਨਾ ਤੀਕ ਸਿੰਘਾਂ ਦਾ ਬੋਲਬਾਲਾ ਸੀ। ਲਗਭਗ 1.5 ਸਾਲ ਮਗਰੋਂ ਅਬਦਾਲੀ ਦਿੱਲੀਓਂ ਵਾਪਸ ਪਰਤਿਆ। ਰਾਹ ਵਿੱਚ ਉਸਨੇ ਮਰਾਠਿਆਂ ਦੀ ਸਹਾਇਤਾ ਕਰਨ ਬਦਲੇ ਆਲਾ ਸਿੰਘ ਨੂੰ ਦੰਡ ਦੇਣ ਦਾ ਫੈਸਲਾ ਕੀਤਾ। ਬਾਬਾ ਆਲਾ ਸਿੰਘ ਨੂੰ ਇਸ ਬਾਰੇ ਸਾਲ ਤੋਂ ਹੀ ਸ਼ੱਕ ਸੀ ਕਿ ਅਬਦਾਲੀ ਮੁੜਦਾ ਹੋਇਆ ਜ਼ਰੂਰ ਉਸਨੂੰ ਸਜ਼ਾ ਦੇਵੇਗਾ। ਉਸਨੂੰ ਤਾਂ ਬਸ ਇਹੋ ਆਸ ਸੀ ਕਿ ਸ਼ਾਇਦ ਅਬਦਾਲੀ ਪਾਣੀਪਤ ਵਿੱਚ ਹਾਰ ਜਾਵੇ, ਪਰ ਜੇ ਉਹ ਹਾਰ ਵੀ ਜਾਂਦਾ ਤਾਂ ਉਸਨੇ ਮੁੜਨਾ ਤਾਂ ਪੰਜਾਬ ਵਿੱਚੋਂ ਹੀ ਸੀ। ਸੋ ਬਾਬਾ ਆਲਾ ਸਿੰਘ ਨੇ ਆਪਣਾ ਖਜ਼ਾਨਾ ਪਹਿਲਾਂ ਹੀ ਪਾਸੇ ਕਰ ਦਿੱਤਾ ਸੀ। ਅਬਦਾਲੀ ਦੇ ਆਉਣ ਦਾ ਸੁਣ ਕੇ ਉਹ ਪਟਿਆਲਾ ਬਰਨਾਲਾ ਛੱਡ ਕੇ ਮੂਣਕ ਜਾ ਬੈਠਾ। ਅਬਦਾਲੀ ਨੇ ਬਰਨਾਲੇ ਵੱਲ ਕੂਚ ਕੀਤਾ, ਜੋ ਆਲਾ ਸਿੰਘ ਦੀ ਰਾਜਧਾਨੀ ਸੀ। ਆਲਾ ਸਿੰਘ ਦੀ ਰਾਣੀ ਫੱਤੋ ਅਤੇ ਪੋਤਰਾ ਅਮਰ ਸਿੰਘ ਬਰਨਾਲੇ ਹੀ ਸਨ। ਰਾਣੀ ਨੇ ਦੂਰ ਦ੍ਰਿਸ਼ਟੀ ਤੋਂ ਕੰਮ ਲੈਂਦਿਆਂ ਆਪਣੇ ਵਕੀਲ ਸੁਲ੍ਹਾ ਅਤੇ ਮੁਆਫ਼ੀ ਲਈ ਅਬਦਾਲੀ ਵੱਲ ਘੱਲ ਦਿੱਤੇ। ਆਪ ਰਾਣੀ ਪੋਤਰੇ ਨੂੰ ਨਾਲ ਲੈ ਕੇ ਮੂਣਕ ਚਲੀ ਗਈ। ਸ਼ਾਹ ਦੀਆਂ ਫੌਜਾਂ ਨੇ ਬਰਨਾਲਾ ਲੁੱਟ ਲਿਆ। ਇਸ ਤੋਂ ਪਹਿਲਾਂ ਕਿ ਅਫਗਾਨ ਸੈਨਾ ਮੂਣਕ ਪਹੁੰਚਦੀ, ਬਾਬਾ ਆਲਾ ਸਿੰਘ ਸਥਿਤੀ ਤਾੜਦਿਆਂ ਆਪ ਹੀ ਅਬਦਾਲੀ ਦੇ ਦਰਬਾਰ ਹਾਜ਼ਰ ਹੋ ਗਿਆ। ਸਜ਼ਾ ਵਜੋਂ ਉਸਨੂੰ ਕੈਦ ਕਰ ਲਿਆ ਗਿਆ। ਰਾਣੀ ਫੱਤੋ ਨੇ ਸ਼ਾਹ ਵਲੀ ਰਾਹੀਂ 4 ਲੱਖ ਨਜ਼ਰਾਨਾ ਦੇ ਕੇ ਆਲਾ ਸਿੰਘ ਨੂੰ ਛੁਡਵਾ ਲਿਆ। ਜਾਂਦਾ ਹੋਇਆ ਅਬਦਾਲੀ ਆਲਾ ਸਿੰਘ ਨੂੰ ਰਾਜੇ ਦਾ ਖਿਤਾਬ ਦੇ ਕੇ ਗਿਆ। ਪੰਥ ਅਬਦਾਲੀ ਨਾਲ ਲਗਾਤਾਰ ਦਸਤ ਪੰਜੇ ਲੈ ਰਿਹਾ ਹੈ ਅਤੇ ਆਲਾ ਸਿਉਂ ਉਸ ਨਾਲ ਸੰਧੀਆਂ ਕਰਕੇ ਉਸ ਤੋਂ ਰਾਜੇ ਦੀ ਪਦਵੀ ਲੈ ਰਿਹਾ ਹੈ। ਪੰਥ ਨੇ ਆਲਾ ਸਿਉਂ ਦੀ ਇਸ ਹਰਕਤ ਦਾ ਬੁਰਾ ਮਨਾਇਆ। ਸਿੰਘ ਆਲਾ ਸਿੰਘ ਨੂੰ ਗੱਦਾਰ ਆਖ ਕੇ ਸਜ਼ਾ ਦੇਣ ਲਈ ਬਜ਼ਿਦ ਸਨ। ਉਹ ਚਾਹੁੰਦੇ ਸਨ ਕਿ ਦਲ ਖਾਲਸਾ ਪਟਿਆਲੇ 'ਤੇ ਹੱਲਾ ਕਰੇ, ਪਰ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੀ ਦੂਰਅੰਦੇਸ਼ੀ ਨਾਲ ਇਹ ਭੇੜ ਹੋਣੋਂ ਟਲ ਗਿਆ। ਸਰਦਾਰ ਜੱਸਾ ਸਿੰਘ ਨੇ ਸਿੰਘਾਂ ਨੂੰ ਪਟਿਆਲੇ ਵਾਲਿਆਂ ਨੂੰ ਮਹਾਰਾਜ ਕਲਗੀਧਰ ਪਿਤਾ ਦੇ ਦਿੱਤੇ ਹੁਕਮਨਾਮੇ ਦੀ ਯਾਦ ਦਿਵਾਈ ਅਤੇ ਇਹ ਭਰਾ ਮਾਰੂ ਜੰਗ ਹੋਣ ਤੋਂ ਰੋਕ ਲਈ। ਪਰ ਕੀ ਇਹ ਆਲਾ ਸਿੰਘ ਦੀ ਗਲਤੀ ਨਹੀਂ ਸੀ? ਮੈਂ ਬਾਬੇ ਵੱਲ ਦੇਖਦਿਆਂ ਬੋਲਿਆ, ਜਿਨ੍ਹਾਂ ਦੀ ਦੌੜ ਸਿਰਫ ਰਾਜ ਹੋਵੇ ਉਹਨਾਂ ਤੋਂ ਕਦੇ ਕਦਾਈਂ ਐਸੀਆਂ ਭੁੱਲਾਂ ਹੋ ਜਾਇਆ ਕਰਦੀਆਂ ਨੇ। ਰਾਜਸੀ ਲਾਹੇ ਲੈਣ ਲਈ ਰਾਜੇ ਅਕਸਰ ਸਮਝੌਤਿਆਂ 'ਤੇ ਦਸਤਖਤ ਕਰਦੇ ਰਹਿੰਦੇ ਹਨ, ਫਿਰ ਭਾਵੇਂ ਉਹ ਦਸਤਖਤ ਉਹਨਾਂ ਦੇ ਕੌਮੀ ਸਿਧਾਂਤਾਂ ਦੇ ਉਲਟ ਹੀ ਕਿਉਂ ਨਾ ਹੋਣ। ਭਵਿੱਖ ਵਿੱਚ ਵੀ ਤੁਹਾਨੂੰ ਇਹ ਸਭ ਦੇਖਣ ਨੂੰ ਮਿਲੇਗਾ, ਪਰ ਸਦਾ ਯਾਦ ਰੱਖਿਓ ਸਰਦਾਰ ਜੱਸਾ ਸਿੰਘ ਵਾਲੀ ਦੂਰਅੰਦੇਸ਼ੀ। ਜਦ ਕੋਈ ਬਾਹਰਲਾ ਹਮਲਾਵਰ ਹੋ ਕੇ ਆਏ ਤਾਂ ਪਹਿਲਾਂ ਉਸ ਨਾਲ ਨਿਬੜਨਾ ਜ਼ਰੂਰੀ ਹੈ। ਇਹ ਨਾ ਹੋਵੇ ਕਿ ਆਪਣਿਆਂ ਨੂੰ ਗਦਾਰੀਆਂ ਦੀ ਸਜ਼ਾ ਦੇਣ ਲੱਗਿਆਂ ਬਾਹਰਲਿਆਂ ਵਿੱਚੋਂ ਧਿਆਨ ਹੀ ਭਟਕ ਜਾਵੇ। ਬਾਬੇ ਨੇ ਸਾਨੂੰ ਭਵਿੱਖ ਲਈ ਸੁਚੇਤ ਰਹਿਣ ਬਾਰੇ ਤਾਂ ਸਮਝਾ ਦਿੱਤਾ, ਪਰ ਸਵਾਲ ਮੇਰੇ ਅੰਦਰ ਉਵੇਂ ਹੀ ਖਲੋਤਾ ਸੀ ਕਿ ਕੀ ਆਲਾ ਸਿੰਘ ਨੇ ਗਲਤੀ ਨਹੀਂ ਕੀਤੀ ਸੀ? ਬਾਬਾ ਮੇਰੇ ਚਿਹਰੇ ਤੋਂ ਸਵਾਲ ਪੜ੍ਹਦਿਆਂ ਬੋਲਿਆ, ਹਾਂ ਕੀਤੀ ਸੀ, ਪਰ ਉਹਨਾਂ ਕੋਲ ਮਹਾਰਾਜ ਦਾ ਹੁਕਮਨਾਮਾ ਸੀ ਜਿਸ 'ਤੇ ਲਿਖਿਆ ਸੀ, ਮੇਰੀ ਤੇਰੇ ਉੱਪਰ ਬਹੁਤ ਖੁਸ਼ੀ ਹੈ, ਤੇਰਾ ਘਰ ਮੇਰਾ ਹੈ, ਤੁਧ ਹੁਕਮ ਦੇਖਦਿਆਂ ਹੀ ਛੇਤੀ ਅਸਾਡੇ ਹਜ਼ੂਰ ਆਵਣਾ, ਤੇਰਾ ਘਰ ਮੇਰਾ ਅਸੈ, ਤੇਰੇ ਉੱਤੇ ਅਸਾਡੀ ਖਰੀ ਮਿਹਰ। ਹੁਣ ਤੁਸੀਂ ਦੱਸੋ, ਜਦ ਮਹਾਰਾਜ ਨੇ ਉਹਨਾਂ ਨੂੰ ਐਸਾ ਵਰ ਦਿੱਤਾ ਕਿ ਤੇਰਾ ਘਰ ਮੇਰਾ ਅਸੈ, ਤਾਂ ਖਾਲਸਾ ਕਿਵੇਂ ਉਹਨਾਂ 'ਤੇ ਕੋਈ ਧਾਵਾ ਕਰ ਸਕਦਾ ਸੀ? ਬਾਬੇ ਨੇ ਗੱਲ ਖੋਲ੍ਹ ਕੇ ਕਹੀ ਅਤੇ ਮੇਰੇ ਮੂੰਹੋਂ ਬਸ ਸਤਿ ਬਚਨ ਬਾਬਾ ਜੀ ਨਿਕਲਿਆ। ਸ਼ਾਇਦ ਇਹ ਨਿਕਲਣਾ ਵੀ ਚਾਹੀਦਾ ਸੀ।
ਸਰਹੰਦ ਦਾ ਸੂਬੇਦਾਰ ਅਬਦਾਲੀ ਨੇ ਜ਼ੈਨ ਖਾਨ ਨੂੰ ਮੁਕਰਰ ਕੀਤਾ। ਸਤਲੁਜ ਤੱਕ ਸਭ ਠੀਕ ਚੱਲਦਾ ਰਿਹਾ। ਸਤਲੁਜ ਪਾਰ ਕਰਦਿਆਂ ਸਿੰਘ ਅਬਦਾਲੀ ਨੂੰ ਠਿੱਠ ਕਰਨ ਲੱਗੇ। ਪਾਣੀਪਤ ਵਿੱਚ ਮਰਾਠਿਆਂ ਦਾ ਲੁੱਟਿਆ ਖਜ਼ਾਨਾ ਅਤੇ 2 ਮਹੀਨੇ ਦੇ ਕਰੀਬ ਦਿੱਲੀ ਵਿੱਚ ਮਚਾਈ ਲੁੱਟ ਨਾਲ ਲੱਦਿਆ ਹੋਇਆ ਕਾਫਲਾ ਲੈ ਕੇ ਅਬਦਾਲੀ ਸਤਲੁਜ 'ਤੇ ਪਹੁੰਚਿਆ। ਸਤਲੁਜ ਤੱਕ ਪਹੁੰਚਦਿਆਂ ਉਸ ਦੀ ਲੁੱਟ ਦੇ ਮਾਲ ਵਿੱਚ ਵਾਧਾ ਹੁੰਦਾ ਰਿਹਾ ਸੀ। ਪਰ ਕੀ, ਇੰਦਰਜੀਤ ਬੋਲਿਆ, ਪਰ ਇਹ ਕਿ ਹੁਣ ਸਤਲੁਜ ਪਾਰ ਕਰ ਗਿਆ ਸੀ। ਕਹਿੰਦਿਆਂ ਬਾਬਾ ਉੱਠਿਆ ਅਤੇ ਦਰਿਆ ਕਿਨਾਰੇ ਖੜ੍ਹੇ ਸਿੰਘਾਂ ਕੋਲ ਚਲਾ ਗਿਆ। ਦਰਿਆ ਕੋਲੋਂ ਕੁਝ ਖੜਕੇ ਦੀ ਆਵਾਜ਼ ਆਈ ਸੀ। ਜਾਪਦਾ ਸੀ ਜਿਵੇਂ ਕੋਈ ਬੇੜੀਆਂ ਦੇ ਚੱਪੂ ਚੱਲ ਰਹੇ ਹੋਣ। ਸ਼ਾਇਦ ਬਾਬਾ ਵੀ ਉਸੇ ਆਵਾਜ਼ ਨੂੰ ਸੁਣ ਕੇ ਉੱਧਰ ਆ ਗਿਆ ਸੀ। ਸਿੰਘਾਂ ਨੇ ਮਸਾਲਾਂ ਬਾਲ ਕੇ ਦਰਿਆ 'ਤੇ ਕਈ ਪਾਸੇ ਦੇਖਿਆ, ਪਰ ਕੁਝ ਨਜ਼ਰ ਨਹੀਂ ਆਇਆ। ਸ਼ਾਇਦ ਦੁਸ਼ਮਣ ਦੇ ਸੂਹੀਏ ਹੋਣ, ਮੇਰੇ ਮਨ ਵਿੱਚ ਖਿਆਲ ਆਇਆ। ਏਡੇ ਜੋਗੇ ਨਹੀਂ ਉਹ ਕਿ ਰਾਤ ਨੂੰ ਦਰਿਆ ਪਾਰ ਕਰਕੇ ਸਾਡੇ 'ਤੇ ਹਮਲਾ ਕਰ ਸਕਣ। ਮੈਂ ਹਜੇ ਸੋਚ ਹੀ ਰਿਹਾ ਸੀ ਕਿ ਸਾਡੇ ਮਗਰ ਖਲੋਤਾ ਨਿਹੰਗ ਸਿੰਘ ਬੋਲਿਆ, ਹੋ ਸਕਦਾ ਉਸਨੇ ਮੇਰੇ ਚਿਹਰੇ ਦੀ ਪਰੇਸ਼ਾਨੀ ਪੜ੍ਹ ਲਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।